this South Asian Media Group. Why Media? ਪੋਲੀਟੀਕਲ ਸੈਂਸਸ ਦੇ ਵਿੱਚ ਸਭ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਸੀਗੀਆਂ ਟੋਰੋਂਟੋ ਸੇਂਟ ਪੌਲਸ। ਇਹ ਵੈਸੇ ਤੇ ਸਿਰਫ ਇੱਕ ਕੰਸਟੀਟੂਐਂਸੀ ਦੇ ਵਿੱਚ ਬਾਈ ਇਲੈਕਸ਼ਨ ਸੀਗੀ, ਲੇਕਿਨ ਇੱਕ ਤਰ੍ਹਾਂ ਦਾ ਟਰੂਡੋ ਸਾਹਿਬ ਦੇ ਉੱਤੇ ਰੈਫਰੈਂਡਮ ਸੀਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਪਾਰਟੀ ਦੇ ਲੀਡਰ ਵੀ ਹੈਗੇ ਨੇ ਇਸ ਸਮੇਂ, ਔਰ ਇਹ ਉਹ ਰਾਈਡਿੰਗ ਹੈ ਜਿਹੜੀ ਕਿ ਪਿਛਲੇ ਬਹੁਤ ਸਾਲਾਂ ਤੋਂ ਲਿਬਰਲ ਪਾਰਟੀ ਦੇ ਕੋਲ ਹੈਗੀ ਹੈ। ਅਸੀਂ ਤੁਹਾਨੂੰ ਦੱਸ ਦਈਏ ਕਿ ਕੱਲੀ ਟੋਰੋਂਟੋ ਸੇਂਟ ਪੌਲਸ ਨਹੀਂ, ਟੋਰੋਂਟੋ ਦੀਆਂ ਜਿਹੜੀਆਂ ਰਾਈਡਿੰਗਸ ਨੇ ਉਹ ਕੰਜ਼ਰਵੇਟਿਵ ਪਾਰਟੀ ਲਈ ਜਿੱਤਣਾ ਬਹੁਤ ਬੜੀ ਗੱਲ ਹੈ। ਕਿਉਂ? ਕਿਉਂਕਿ 2011 ਜਦੋਂ ਕੰਜ਼ਰਵੇਟਿਵ ਪਾਰਟੀ ਨੂੰ ਮੈਜੋਰਟੀ ਮਿਲੀ ਸੀ, ਉਹ ਸਾਲ ਸੀਗਾ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਨੇ ਟੋਰੋਂਟੋ ਦੇ ਵਿੱਚ ਰਾਈਡਿੰਗ ਜਿੱਤੀਆਂ ਸੀਗੀਆਂ। ਅਦਰਵਾਈਜ਼ 2011 ਤੋਂ ਬਾਅਦ 2015, 2019, 2021 ਦੀਆਂ ਇਲੈਕਸ਼ਨ ਆ ਗਈਆਂ, ਲੇਕਿਨ ਕੰਜ਼ਰਵੇਟਿਵ ਪਾਰਟੀ ਜਿਹੜੀ ਟੋਰੋਂਟੋ ਦੀ ਰਾਈਡਿੰਗ ਨਹੀਂ ਜਿੱਤ ਸਕੀ। ਲੇਕਿਨ ਹੁਣ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਕਿਲਾ, ਲਿਬਰਲ ਦਾ ਜਿਹੜਾ ਕਿਲਾ ਹੈ ਉਹ ਤੋੜ ਦਿੱਤਾ ਹੈ। ਕੱਲ ਜਦੋਂ ਸ਼ੁਰੂਆਤੀ ਤੌਰ ਤੇ ਅਸੀਂ ਦੇਖ ਰਹੇ ਸੀਗੇ ਟੋਰੋਂਟੋ ਸੇਂਟ ਪੌਲਸ ਦੇ ਵਿੱਚ, ਉਸ ਸਮੇਂ ਐਸਾ ਲੱਗ ਰਿਹਾ ਸੀਗਾ ਕਿ ਨਹੀਂ ਅੱਗੇ ਚੱਲ ਰਿਹਾ ਹੈਗਾ ਜਿਹੜਾ ਇਹ ਮਾਮਲਾ, ਔਰ ਲੱਗ ਰਿਹਾ ਸੀਗਾ ਕ੍ਰਿਸਟੀ ਕਲਾਰਕ ਜਿਹੜੇ ਨੇ ਉਹ ਫਿਰ ਜਿੱਤ ਜਾਣਗੇ ਔਰ ਇੱਕ ਵਾਰ ਫਿਰ ਲਿਬਰਲ ਪਾਰਟੀ ਜਿੱਤ ਜਾਏਗੀ। ਲੇਕਿਨ ਬਹੁਤ ਦੇਰ ਦੇ ਵਿੱਚ ਲੀਡ ਅਚਾਨਕ ਲੈਣੀ ਸ਼ੁਰੂ ਕਰ ਦਿੱਤੀ ਕੰਜ਼ਰਵੇਟਿਵ ਪਾਰਟੀ ਨੇ, ਔਰ ਉਸ ਤੋਂ ਬਾਅਦ ਫਿਰ ਫਾਈਨਲੀ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹਨਾਂ ਨੇ ਇਹ ਸ਼ਾਨਦਾਰ ਜਿਹੜੀ ਹੈ ਉਹ ਜਿੱਤ ਹਾਸਲ ਕੀਤੀ ਹੈ। ਤੁਹਾਡੀ ਜਾਣਕਾਰੀ ਲਈ ਅਸੀਂ ਦੱਸ ਦਈਏ ਕਿ 590 ਵੋਟਾਂ, ਵੋਟਸ ਦਾ ਬਹੁਤ ਜ਼ਿਆਦਾ ਫਰਕ ਨਹੀਂ ਹੈ ਬਟ ਜਿੱਤ ਫਿਰ ਵੀ ਜਿੱਤ ਹੈ। ਸੋ 590 ਵੋਟਸ ਦੇ ਨਾਲ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਹੁਣ ਅਹਿਮ ਸਵਾਲ ਖੜਾ ਕਰਦੇ ਹਾਂ ਕਿ ਆਖਿਰਕਾਰ ਇਹਦੇ ਕੀ ਮਾਇਨੇ ਨੇ। ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਵੋਟ ਹੈਗੀ ਹੈ ਇਹ ਟਰੂਡੋ ਸਾਹਿਬ ਲਈ ਇੱਕ ਤਰ੍ਹਾਂ ਦਾ ਰੈਫਰੈਂਡਮ ਹੈ। ਦਬੀ ਆਵਾਜ਼ ਦੇ ਵਿੱਚ ਟਰੂਡੋ ਸਾਹਿਬ ਦੇ ਰੈਜ਼ਿਗਨੇਸ਼ਨ ਦੀ ਆਵਾਜ਼ਾਂ ਉੱਠ ਰਹੀਆਂ, ਓਪਨਲੀ ਹਜੇ ਵੈਸੇ ਕੋਈ ਗੱਲ ਜਿਹੜਾ ਉਹ ਨਹੀਂ ਕਰ ਰਿਹਾ ਹੈਗਾ। ਹਾਲਾਂਕਿ ਵੋਟ ਦਾ ਫਰਕ ਬਹੁਤ ਜ਼ਿਆਦਾ ਨਹੀਂ ਹੈ। ਕੰਜ਼ਰਵੇਟਿਵ ਪਾਰਟੀ ਦੇ ਡੌਨ ਸਟੀਵਰਟ ਨੇ ਲਿਬਰਲ ਪਾਰਟੀ ਦੀ ਲੈਸਲੀ ਚਰਚ ਨੂੰ 590 ਵੋਟਾਂ ਦੇ ਨਾਲ ਹੀ ਹਰਾਇਆ ਹੈ, ਲੇਕਿਨ ਜਿੱਤ ਫਿਰ ਵੀ ਜਿੱਤ ਹੈ ਔਰ ਉਹ ਵੀ ਲਿਬਰਲ ਦੇ ਡਰ ਦੇ ਵਿੱਚ। ਸੋ ਦਬੀ ਆਵਾਜ਼ ਦੇ ਵਿੱਚ ਹੈ, ਲੇਕਿਨ ਇੱਕ ਦੋ ਲੀਡਰਸ ਨੇ ਓਪਨਲੀ ਵੀ ਟਰੂਡੋ ਸਾਹਿਬ ਦੇ ਉੱਤੇ ਲੀਡਰਸ਼ਿਪ ਤੇ ਸਵਾਲ ਖੜੇ ਕੀਤੇ ਨੇ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।